ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ ਇਰੋਡਾਈਟ ਨਿਊਟ੍ਰੀਸ਼ਨ ਤੋਂ। ਅੱਜ ਆਪਾਂ ਗੱਲ ਕਰਾਂਗੇ ਕਿ ਕਿਉਂ ਸਾਨੂੰ ਸੈਲਡ ਖਾਣ ਦਾ ਸਹੀ ਤਰੀਕਾ ਨਹੀਂ ਪਤਾ। ਦੇਖੋ, ਪਹਿਲੀ ਗੱਲ ਤਾਂ ਅਸੀਂ ਪੰਜਾਬੀ ਸੈਲਡ ਬਹੁਤ ਘੱਟ ਖਾਂਦੇ ਹਾਂ, ਬਹੁਤ ਘੱਟ ਲੋਕ ਨੇ ਜਿਹੜੇ ਸਪੈਸ਼ਲੀ ਸੈਲਡ ਖਾਂਦੇ ਨੇ। ਅਦਰਵਾਈਜ਼ ਸੈਲਡ ਮਿਲ ਗਿਆ ਠੀਕ ਹੈ, ਨਹੀਂ ਤਾਂ ਨਾ ਸਹੀ। ਪਹਿਲੀ ਤਾਂ ਇਹੀ ਸਾਡੀ ਗਲਤ ਗੱਲ ਆ ਸਾਰਿਆਂ ਤੋਂ, ਠੀਕ ਹੈ। ਸੈਲਡ ਖਾਣਾ ਸਭ ਤੋਂ ਬੈਸਟ ਫਾਰਮ ਦੇ ਵਿੱਚ ਸਬਜ਼ੀਆਂ ਖਾਣਾ ਆ, ਕਿਉਂਕਿ ਸਾਡਾ ਕੋਈ ਵੀ ਵਿਟਾਮਿਨ ਜਿਹੜਾ ਆ ਉਹ ਕੁਕਿੰਗ ਦੇ ਦੌਰਾਨ ਡਿਸਟਰੋਏ ਨਹੀਂ ਹੁੰਦਾ। ਸੋ ਪਲੀਜ਼ ਸੈਲਡ ਖਾਇਆ ਕਰੋ। ਇਹਦੇ 'ਚ ਬਹੁਤ ਹਾਈ ਅਮਾਊਂਟ, ਅੱਛੀ ਮਾਤਰਾ 'ਚ ਫਾਈਬਰ ਆ, ਜਿਹੜਾ ਸਾਨੂੰ ਸ਼ੂਗਰ ਜਾਂ ਮੋਟਾਪੇ ਜਾਂ ਹਾਰਟ ਦੀਆਂ ਬਿਮਾਰੀਆਂ ਤੋਂ ਬਚਾ ਸਕਦਾ ਆ। ਬਹੁਤ ਵਧੀਆ ਮਾਤਰਾ ਦੇ ਵਿੱਚ ਵਿਟਾਮਿਨ ਅਤੇ ਮਿਨਰਲ ਮਿਲਦੇ ਆ। ਸੋ ਖਾਣਾ ਜ਼ਰੂਰ ਸੈਲਡ ਦੇ ਨਾਲ ਖਾਇਆ ਕਰੋ, ਠੀਕ ਹੈ। ਸੋ ਕਿਉਂ ਸਾਨੂੰ ਸੈਲਡ ਖਾਣ ਦਾ ਸਹੀ ਤਰੀਕਾ ਨਹੀਂ ਆਉਂਦਾ? ਦੇਖੋ, ਜਦੋਂ ਕਦੀ ਵੀ ਆਪਾਂ ਗੱਲ ਕਰਦੇ ਹਾਂ ਨਾ ਕਿ ਕੋਈ ਵਿਅਕਤੀ ਸੈਲਡ ਡਾਇਟ 'ਤੇ ਚਲਾ ਗਿਆ, ਉਹ ਹੁਣ ਸੈਲਡ ਖਾਣ ਲੱਗ ਪਿਆ, ਉਹਨੇ ਰਾਤ ਦੀ ਰੋਟੀ ਛੱਡਤੀ, ਚੌਲ ਛੱਡਤੇ, ਮਜੋਰਿਟੀ ਟਾਈਮ ਮੋਟਿਵ ਇਹ ਹੁੰਦਾ ਆ ਕਿ ਮੈਂ ਭਾਰ ਘਟਾਉਣਾ, ਵਜਨ ਵੱਧ ਗਿਆ ਆ, ਮੈਂ ਵੇਟ ਲੂਜ਼ ਕਰਨਾ, ਮੈਂ ਰਾਤ ਨੂੰ ਸੈਲਡ ਖਾਣਾ ਸ਼ੁਰੂ ਕਰ ਦੇਣਾ, ਮੈਂ ਬਾਕੀ ਸਭ ਖਾ ਛੱਡ ਦੇਣਾ ਆ, ਸੈਲਡ ਖਾਇਆ ਕਰਨਾ, ਪਲੇਟ ਭਰ ਕੇ ਸੈਲਡ ਖਾਇਆ ਕਰਨਾ। ਸੋ ਉਹ ਇੱਕ ਦਿਨ ਖਾਂਦਾ ਆ, ਤਿੰਨ ਦਿਨ ਖਾਂਦਾ, ਪੰਜ ਛੇ ਦਿਨਾਂ ਬਾਅਦ ਵਿਚਾਰਾ ਬੋਰ ਹੋ ਜਾਂਦਾ ਆ, ਅੱਕ ਜਾਂਦਾ ਸੈਲਡ ਖਾ ਖਾ ਕੇ, ਸੈਲਡ ਦੀ ਪਲੇਟ ਮੋਹਰੇ ਦੇਖ ਕੇ ਉਹਨੂੰ ਖਾਣ ਦਾ ਮਨ ਹੀ ਨਹੀਂ ਕਰਦਾ, ਲੇਕਿਨ ਉਹ ਜ਼ਬਰਦਸਤੀ ਖਾਂਦਾ, ਔਖਾ ਸੌਖਾ ਜਿਵੇਂ ਮਰਜ਼ੀ। ਬਹੁਤੇ ਲੋਕ ਤਾਂ ਸਟ੍ਰੈਸ ਦੇ ਵਿੱਚ ਦੁਖੀ ਹੋ ਕੇ, ਕਿਉਂਕਿ ਪਸੰਦ ਨਹੀਂ ਆ ਰਿਹਾ ਸੈਲਡ ਖਾਣਾ, ਜ਼ਬਰਦਸਤੀ ਖਾ ਰਹੇ ਨੇ, ਥੋੜ੍ਹੇ ਦਿਨਾਂ ਦੇ ਵਿੱਚ ਹੀ ਸੈਲਡ ਖਾਣ ਦਾ ਚਾਅ ਲਿਥ ਜਾਂਦਾ ਆ ਅਤੇ ਬੰਦਾ ਦੁਬਾਰਾ ਤੁੜਕੇ ਵਾਲੀਆਂ ਦਾਲਾਂ ਸਬਜ਼ੀਆਂ 'ਤੇ ਆ ਜਾਂਦਾ, ਠੀਕ ਹੈ। ਮੋਸਟਲੀ ਤਾਂ ਆਹੀ ਹੁੰਦਾ, ਚਾਹ ਛੇਤੀ ਲਿਥ ਜਾਂਦਾ ਸੈਲਡ ਖਾਣ ਦਾ। ਅਗਰ ਚਾਹ ਨਾ ਵੀ ਲਿਥਿਆ ਤੇ ਮਹੀਨਾ ਕੁ ਸੈਲਡ ਖਾਣ ਦੇ ਬਾਵਜੂਦ ਵੀ ਰਿਜ਼ਲਟ ਕੋਈ ਨਹੀਂ ਮਿਲਦਾ, ਇਨਫੈਕਟ ਉਲਟਾ ਨੀਂਦ ਖਰਾਬ ਹੋ ਜਾਂਦੀ ਹੈ, ਰਾਤ ਦੀ ਨੀਂਦ ਦੇ ਵਿੱਚ ਟਰਬਲ ਆਉਣ ਲੱਗ ਪੈਂਦੀ, ਕਿਉਂਕਿ ਤੁਹਾਡੀ ਬੋਡੀ ਸਟ੍ਰੈਸ 'ਚ ਆ, ਠੀਕ ਹੈ। ਭੁੱਖ ਲੱਗਦੀ ਹੈ ਜ਼ਿਆਦਾ, ਸੈਲਡ ਦੀ ਪਲੇਟ ਖਾਣ ਤੋਂ ਬਾਅਦ ਜ਼ਿਆਦਾ ਭੁੱਖ ਲੱਗਣ ਲੱਗ ਜਾਂਦੀ ਹੈ, ਪਰ ਮਨ ਮਾਰ ਕੇ ਵਿਚਾਰਾ ਨਹੀਂ ਕੁਛ ਖਾਂਦਾ ਬੰਦਾ। ਇਹ ਸਾਰੀਆਂ ਚੀਜ਼ਾਂ ਅਸੀਂ ਕਰਦੇ ਪਏ ਹਾਂ ਵਜ਼ਨ ਘਟਾਉਣ ਲਈ, ਠੀਕ ਹੈ। ਵਜ਼ਨ ਘਟਾਉਣ ਦਾ ਨੰਬਰ 1 ਸੁਸਾਇਟੀ ਦਾ ਪ੍ਰੋਟੋਕਾਲ ਹੈ ਜੀ, ਤੇਲ ਘਿਓ ਬੰਦ ਕਰ ਦਿਓ। ਮੇਰੇ ਤੋਂ ਪੁੱਛੋਗੇ ਵੀ ਵਜ਼ਨ ਘਟਾਉਣ ਦਾ ਨੰਬਰ 1 ਪ੍ਰੋਟੋਕਾਲ ਕੀ ਹੈ, ਮੈਂ ਕਹੂੰਗਾ ਤੇਲ ਘਿਓ ਖਾਣਾ ਸ਼ੁਰੂ ਕਰ ਦਿਓ, ਮੱਖਣ ਖਾਣਾ ਸ਼ੁਰੂ ਕਰ ਦਿਓ, ਦੇਸੀ ਘਿਓ ਖਾਣਾ ਸ਼ੁਰੂ ਕਰ ਦਿਓ। ਸੋ ਫਰਕ ਆ ਗਿਆ, ਸੁਸਾਇਟੀ ਦੇ ਮੇਰੇ ਸਲਾਹ 'ਚ ਫਰਕ ਇਹ ਆ, ਕਿਉਂਕਿ ਮੈਂ ਪ੍ਰੋਫੈਸ਼ਨਲ ਆ, ਸੁਸਾਇਟੀ ਮਰਜ਼ੀਆਂ ਕਰਦੀ ਆਪਣੀ, ਠੀਕ ਹੈ। ਖਾਣੇ ਦੀ ਚਰਬੀ ਨੇ ਤੁਹਾਨੂੰ ਮੋਟਾ ਨਹੀਂ ਕੀਤਾ, ਤੁਹਾਨੂੰ ਮੋਟਾ ਕੀਤਾ ਆ ਨਾ ਸੈਰ ਕਰਨੇ, ਲੋੜ ਤੋਂ ਜ਼ਿਆਦਾ ਖਾਣਾ ਖਾਣ ਨੇ, ਤੁੜਕੇ ਵਾਲੇ ਤੇਲ ਨੇ, ਮਾੜੇ ਰਿਫਾਇੰਡ ਤੇਲਾਂ ਨੇ, ਟਰਾਂਸਫੈਟ ਨੇ, ਲੋੜ ਤੋਂ ਜ਼ਿਆਦਾ ਰੋਟੀਆਂ ਚਾਵਲ ਅਨਾਜ ਨੇ ਅਤੇ ਮਿੱਠੇ ਨੇ, ਤੁਹਾਨੂੰ ਇਹਨਾਂ ਨੇ ਮੋਟਾ ਕੀਤਾ ਆ, ਤੁਹਾਨੂੰ ਕੱਚੇ ਤੇਲ ਨੇ ਮੋਟਾ ਨਹੀਂ ਕੀਤਾ, ਸੜੇ ਹੋਏ ਤੇਲ ਨੇ ਜ਼ਰੂਰ ਤੁਹਾਨੂੰ ਨੁਕਸਾਨ ਕੀਤਾ। ਅਗਰ ਤੁਹਾਡਾ ਕੋਈ ਰੈਲੇਟਿਵ ਜਾਂ ਫਰੈਂਡ ਜਾਂ ਤੁਸੀਂ ਖੁਦ ਅਰਬ ਕੰਟਰੀਜ਼ ਜਿਵੇਂ ਸਾਊਦੀਆ, ਕੁਵੈਤ, ਕਤਰ ਜਾਂ UAE ਜਾਂ ਯੂਰੋਪੀਅਨ ਕੰਟਰੀਜ਼ ਜਿਵੇਂ ਕਿ ਫਰਾਂਸ ਜਾਂ ਇਟਲੀ, ਇਹਨਾਂ ਦੇ ਵਿੱਚ ਗਿਆ ਆ ਤੇ ਤੁਸੀਂ ਇਸ ਚੀਜ਼ ਨੂੰ ਜਾਣਦੇ ਹੋਵੋਗੇ, ਜੇ ਨਹੀਂ ਤੁਸੀਂ ਗਏ ਤਾਂ ਪੁੱਛ ਲਿਓ ਜੇ ਕੋਈ ਤੁਹਾਡਾ ਉੱਥੇ ਹੈਗਾ ਨੋਨ, ਕਿ ਤੁਹਾਡੀਆਂ ਕੰਟਰੀਜ਼ ਦੇ ਵਿੱਚ, ਇਹਨਾਂ ਕੰਟਰੀਜ਼ ਦੇ ਵਿੱਚ ਲੋਕ ਸੈਲਡ ਦੇ ਉੱਤੇ ਓਲਿਵ ਆਇਲ ਕਿਉਂ ਪਾ ਕੇ ਖਾਂਦੇ, ਜੈਤੂਨ ਦਾ ਤੇਲ ਕਿਉਂ ਉੱਤੇ ਦੀ ਪਾ ਕੇ ਖਾਂਦੇ, ਜਾਂ ਆਂਡੇ ਕਿਉਂ ਸਲਾਦ ਦੇ ਨਾਲ ਖਾਂਦੇ, ਉਹ ਵੀ ਜਰਦੀ ਸਮੇਤ। ਸਾਡੇ ਇੱਥੇ ਕਹਿੰਦੇ ਆ ਜਰਦੀ ਬਾਹਰ ਕੱਢ ਦਿਓ, ਇੰਨਾ ਮੋਟਾਪਾ ਆਉਂਦਾ। ਆਂਡਾ ਜਰਦੀ ਸਮੇਤ ਸਲਾਦ ਨਾਲ ਖਾਂਦੇ, ਜਾਂ ਸਲਾਦ ਦੇ ਉੱਪਰ ਚੀਜ਼ ਪਾ ਕੇ ਖਾਂਦੇ ਆ ਉਹ, ਜਾਂ ਚੀਜ਼ ਦੇ ਨਾਲ ਸਲਾਦ ਖਾਂਦੇ ਆ। ਹੁਣ ਚੀਜ਼, ਆਂਡਾ ਤੇ ਓਲਿਵ ਆਇਲ, ਇਹ ਤਿੰਨੋਂ ਚਰਬੀਆਂ ਨੇ, ਫੈਟ ਆ। ਕਿਉਂ ਸਲਾਦ ਨਾਲ ਫੈਟ ਖਾਂਦੇ? ਕਿਉਂਕਿ ਉਹਨਾਂ ਨੂੰ ਸਲਾਦ ਖਾਣ ਦਾ ਸਹੀ ਤਰੀਕਾ ਪਤਾ ਆ ਤੇ ਸਾਨੂੰ ਨਹੀਂ ਪਤਾ, ਤਾਂ ਹੀ ਅਸੀਂ ਫੈਟ ਉੱਤੇ ਐਡ ਨਹੀਂ ਕਰਦੇ। ਸਾਨੂੰ ਲੱਗਦਾ ਆ ਵੀ ਜੇ ਸਲਾਦ ਦੇ ਨਾਲ ਪਨੀਰ ਖਾ ਲਿਆ ਤੇ ਫਾਇਦਾ ਹੀ ਨਹੀਂ ਹੋਣਾ, ਭਾਰ ਘਟਣਾ ਹੀ ਨਹੀਂ। ਭਾਰ ਉੱਦਾਂ ਵੀ ਨਹੀਂ ਘਟਣਾ, ਇਕੱਲਾ ਸਲਾਦ ਖਾ ਕੇ ਭਾਰ ਨਹੀਂ ਘਟਣਾ, ਜੇ ਘੱਟ ਵੀ ਜਾਊਗਾ ਤਾਂ 1-2 ਕਿਲੋ ਭਾਰ ਘੱਟ ਜੂਗਾ, ਇਹਨੂੰ ਉਦੋਂ ਬਾਅਦ ਉੱਥੇ ਸਟੱਕ ਹੋ ਜਾਣਾ। 2 ਟਾਈਮ ਤੁਸੀਂ ਰੋਟੀ ਖਾਧੀ ਨਹੀਂ, ਤੁਹਾਡਾ ਭਾਰ ਵਾਪਸ ਆ ਜਾਣਾ ਸਾਰਾ, ਜਿੰਨਾ ਤੁਸੀਂ ਘਟਾਇਆ, ਠੀਕ ਹੈ। ਸੋ ਹਮੇਸ਼ਾ ਹੀ ਆਪਣੇ ਸੈਲਡ ਨੂੰ ਵਧੀਆ ਮਾਤਰਾ ਦੀ ਹੈਲਦੀ ਫੈਟ ਦੇ ਨਾਲ ਖਾਣਾ ਚਾਹੀਦਾ, ਜਾਂ ਪੂਰੇ ਹੋਲ ਆਂਡੇ ਦੀ ਜਰਦੀ ਨਾ। ਮੈਂ ਕਹਿੰਦਾ ਆਂਡੇ ਦਾ ਚਿੱਟਾ ਖਾਓ ਨਾ ਖਾਓ, ਸਲਾਦ ਨਾਲ ਜਰਦੀ ਜ਼ਰੂਰ ਖਾਓ, ਪਨੀਰ ਜ਼ਰੂਰ ਖਾਓ, ਚੀਜ਼ ਪਾ ਕੇ ਜ਼ਰੂਰ ਖਾਓ, ਜਾਂ ਉੱਪਰ ਦੀ ਓਇਲ ਪਾ ਕੇ, ਓਲਿਵ ਓਇਲ ਜਾਂ ਦੇਸੀ ਘਿਓ ਕਰਦਾ, ਮੱਖਣ, ਬਟਰ, ਨਾਰੀਅਲ ਦਾ ਤੇਲ, ਕੋਈ ਵੀ ਵਧੀਆ ਓਇਲ ਪਾ ਕੇ ਜ਼ਰੂਰ ਖਾਓ। ਕਿਉਂ? ਇਹਦੇ ਪਿੱਛੇ ਸਾਇੰਸ ਕੀ ਆ? ਸਾਡੇ ਸਲਾਦ, ਸਾਡੀਆਂ ਸਬਜ਼ੀਆਂ ਦੇ ਵਿੱਚ ਵਿਟਾਮਿਨ ਹੁੰਦੇ ਆ। ਵਿਟਾਮਿਨ 2 ਤਰ੍ਹਾਂ ਦੇ ਆ, ਪਹਿਲੇ ਜਿਹੜੇ ਪਾਣੀ 'ਚ ਘੁਲਦੇ ਆ ਅਤੇ ਦੂਜੇ ਜਿਹੜੇ ਚਰਬੀ 'ਚ ਘੁਲਦੇ ਆ। ਅਗਰ ਵਿਟਾਮਿਨ ਪਾਣੀ 'ਚ ਘੁਲਿਆ ਹੋਇਆ ਨਾ ਹੋਵੇ ਜਾਂ ਚਰਬੀ 'ਚ ਘੁਲਿਆ ਹੋਇਆ ਨਾ ਹੋਵੇ ਤਾਂ ਸਾਡੀ ਬੋਡੀ ਉਹਨੂੰ ਜਜ਼ਬ ਨਹੀਂ ਕਰ ਸਕਦੀ, ਅਬਜ਼ੋਰਬ ਨਹੀਂ ਕਰ ਸਕਦੀ। ਹੁਣ ਦੇਖੋ, ਪਾਣੀ ਤਾਂ ਐਕਸਟਰਾ ਪੀਣ ਦੀ ਲੋੜ ਨਹੀਂ, ਕਿਉਂਕਿ ਤੁਹਾਡੇ ਸੈਲਡ ਦੇ ਵਿੱਚ ਹੀ ਕਾਫੀ ਪਾਣੀ ਆ, ਸਬਜ਼ੀਆਂ ਤੁਹਾਡੀਆਂ 90% ਪਾਣੀ ਆ। ਸੋ ਵਿਟਾਮਿਨ ਸੀ ਅਤੇ ਵਿਟਾਮਿਨ ਬੀ ਵਾਲਾ ਪੂਰਾ ਗਰੁੱਪ
ਇਹ ਪਾਣੀ ਦੇ ਨਾਲ ਤੁਹਾਡੀ ਬਾਡੀ ਚ ਜਾਂਦਾ ਆ ਤੇ ਤੁਹਾਡੀ ਬਾਡੀ ਇਹਨੂੰ ਜਜ਼ਬ ਕਰ ਲੈਂਦੀ ਆ, ਸੌਖਾ ਕੰਮ। ਲੇਕਿਨ ਚਰਬੀ ਚ ਘੁਲਣ ਵਾਲੇ ਵਿਟਾਮਿਨ ਜਿਵੇਂ ਕਿ ਵਿਟਾਮਿਨ ਏ, ਵਿਟਾਮਿਨ ਈ, ਵਿਟਾਮਿਨ ਡੀ ਤੇ ਵਿਟਾਮਿਨ ਕੇ ਦੇ ਦੋਨੋਂ ਹੀ ਫਾਰਮ ਜਿਹੜੇ ਆ ਇਹ ਚਰਬੀ ਚ ਘੁਲਣ ਵਾਲੇ ਆ। ਅਗਰ ਖਾਣੇ ਦੇ ਨਾਲ ਤੁਸੀਂ ਚਰਬੀ ਨਾ ਖਾਧੀ ਹੋਈ ਤੇ ਇਹ ਜਿਹੜੇ ਵਿਟਾਮਿਨ ਨੇ ਇਹ ਤੁਹਾਡੀ ਬਾਡੀ ਨਹੀਂ ਜਜ਼ਬ ਕਰ ਸਕਦੀ, ਨਹੀਂ ਅਬਜ਼ੋਰਬ ਕਰ ਸਕਦੀ, ਨਹੀਂ ਤੁਹਾਨੂੰ ਡਾਈਜੈਸਟ ਹੋਣੇ। ਵਜ੍ਹਾ ਚੌਥੇ ਦਿਨ ਬਾਅਦ ਜਿਹੜਾ ਸਲਾਦ ਦੇਖ ਕੇ ਖਿੱਚਣ ਲੱਗ ਜਾਂਦੀ ਆ ਉਹ ਵਜ੍ਹਾ ਆਹ ਹੀ ਆ। ਤੁਸੀਂ ਆਪਣੇ ਖਾਣੇ ਦੀ ਇੱਕ ਵੱਡੀ ਸਾਰੀ ਪਲੇਟ ਜਿਹੜੀ ਸਲਾਦ ਦੀ ਉਹ ਪੇਟ ਦੇ ਵਿੱਚ ਪਾਈ ਪਰ ਤੁਹਾਨੂੰ ਵਿਟਾਮਿਨ ਨਹੀਂ ਉਹਦੇ ਪੂਰੇ ਮਿਲੇ। ਤੁਹਾਡੀ ਬਾਡੀ ਇਸ ਚੀਜ਼ ਨੂੰ ਸਮਝ ਗਈ ਆ ਵੀ ਪੂਰੇ ਵਿਟਾਮਿਨ ਨਹੀਂ ਮਿਲਦੇ ਪਏ, ਘੱਟ ਮਿਲਦੇ ਪਏ ਆ। ਸੋ ਬੈਟਰ ਆ ਵੀ ਪੂਰੇ ਵਿਟਾਮਿਨ ਮਿਲਣ ਜਾਂ ਇਸ ਚੀਜ਼ ਨੂੰ ਨਾ ਖਾਓ। ਤਾਂ ਹੀ ਤੀਜੇ ਚੌਥੇ ਪੰਜਵੇਂ ਦਿਨ ਤੁਹਾਨੂੰ ਸੈਲਡ ਤੋਂ ਦੇਖ ਕੇ ਤੁਹਾਨੂੰ ਨਫ਼ਰਤ ਹੋਣ ਲੱਗ ਪੈਂਦੀ ਹੈ, ਤੁਸੀਂ ਸੈਲਡ ਖਾਂਦੇ। ਇਹ ਹੀ ਅਗਰ ਤੁਸੀਂ ਸੈਲਡ ਵਧੀਆ ਚਰਬੀ ਨਾਲ ਤੇਲ ਦੇਸੀ ਘਿਓ ਪਾ ਕੇ ਮਲਾਈ ਪਾ ਕੇ ਉੱਤੇ ਖਾਧਾ ਹੁੰਦਾ ਤੁਹਾਨੂੰ ਸੈਲਡ ਟੇਸਟੀ ਵੀ ਲੱਗਣਾ ਸੀ, ਤੁਹਾਡਾ ਵਿਟਾਮਿਨ ਏ ਡੀ ਈ ਕੇ ਤੁਹਾਡਾ ਅਬਜ਼ੋਰਬ ਵੀ ਹੋ ਜਾਣਾ ਸੀ ਤੇ ਤੁਹਾਡਾ ਵਜ਼ਨ ਵੀ ਘਟਣਾ ਸ਼ੁਰੂ ਹੋ ਜਾਣਾ ਸੀ। ਸੋ ਵਿਟਾਮਿਨ ਕੱਢਣ ਵਾਸਤੇ ਸਲਾਦ ਚੋਂ ਤੇ ਸਬਜ਼ੀਆਂ ਚੋਂ ਸਾਨੂੰ ਤੇਲ ਘਿਓ ਚਰਬੀ ਦੀ ਲੋੜ ਹੈ। ਕਈ ਲੋਕ ਉਬਲੀਆਂ ਸਬਜ਼ੀਆਂ ਖਾਂਦੇ ਆ, ਸਟੀਮ ਸਬਜ਼ੀਆਂ ਖਾਂਦੇ ਭਾਰ ਘਟਾਉਣ ਵਾਸਤੇ, ਲੇਕਿਨ ਉਹਦੇ ਉੱਪਰ ਤੇਲ ਨਹੀਂ ਪਾਉਂਦੇ ਨਾਲ ਫੈਟ ਨਹੀਂ ਖਾਂਦੇ। ਕੋਈ ਫਾਇਦਾ ਨਹੀਂ ਗਾ, ਕੋਈ ਫਾਇਦਾ ਨਹੀਂ ਸਲਾਦ ਖਾਣ ਦਾ। ਜਿੰਨੀ ਦੇਰ ਤੱਕ ਤੁਸੀਂ ਹੈਲਦੀ ਫੈਟ ਵਧੀਆ ਮਾਤਰਾ 'ਚ ਆਪਣੀ ਡਾਈਟ 'ਚ ਨਾ ਪਾਈ ਤਦ ਤੱਕ ਕੋਈ ਬੈਨੀਫਿਟ ਨਹੀਂ ਤੁਹਾਨੂੰ ਹੋਣਾ। ਸੋ ਇਹ ਸੀ ਸੈਲਡ ਖਾਣ ਦਾ ਸਹੀ ਤਰੀਕਾ, ਠੀਕ ਹੈ ਜੀ। ਸੋ ਪਹਿਲੀ ਗੱਲ ਤਾਂ ਇਹ ਹੈ ਵੀ ਸੈਲਡ ਜ਼ਰੂਰ ਖਾਇਆ ਕਰੋ। ਦੂਜੀ ਗੱਲ ਆ ਸੈਲਡ ਨੂੰ ਹਮੇਸ਼ਾ ਥੋੜ੍ਹੀ ਜਿਹੀ ਫੈਟ ਨਾ ਖਾਇਆ ਕਰੋ। ਹੁਣ ਕਈ ਲੋਕ ਖਾਣੇ ਦੇ ਨਾਲ ਜਦੋਂ ਅਸੀਂ ਸੈਲਡ ਨੂੰ ਖਾਂਦੇ ਹਾਂ ਤੇ ਥੋੜ੍ਹਾ ਬਹੁਤ ਜਿਹੜਾ ਆ ਤੇਲ, ਜਿਹੜਾ ਤੇਲ ਘਿਓ ਆਪਾਂ ਵਰਤਦੇ ਹਾਂ ਖਾਣੇ ਦੇ ਵਿੱਚ, ਵੈਸੇ ਤਾਂ ਤੁੜਕਾ ਲਾਉਣਾ ਗਲਤ ਆ, ਠੀਕ ਹੈ, ਮੇਰੇ ਹਿਸਾਬ ਨਾਲ ਬਿਲਕੁਲ ਨਹੀਂ ਲਾਉਣਾ ਚਾਹੀਦਾ ਤੁੜਕਾ। ਤੁਹਾਨੂੰ ਦਾਲ ਸਬਜ਼ੀ ਬਗੈਰ ਤੁੜਕੇ ਤੋਂ ਬਣਾ ਕੇ ਉਹਦੇ ਉੱਪਰ ਦੀ ਤੇਲ ਪਾਉਣਾ ਚਾਹੀਦਾ। ਜਦੋਂ ਦਾਲ ਸਬਜ਼ੀ 'ਚ ਤੇਲ ਆ ਗਿਆ ਨਾਲ ਸੈਲਡ ਖਾ ਲਿਆ, ਉਹਨੇ ਤੁਹਾਡੀ ਪ੍ਰੋਬਲਮ ਸੋਲਵ ਕਰ ਦੇਣੀ। ਪਰ ਜਦੋਂ ਤੁਸੀਂ ਇਕੱਲੇ ਸਬਜ਼ੀਆਂ ਵਾਲੀ ਡਾਈਟ 'ਤੇ, ਬੋਇਲਡ ਸਬਜ਼ੀਆਂ ਜਾਂ ਇਕੱਲੇ ਸੈਲਡ ਵਾਲੀ ਡਾਈਟ 'ਤੇ ਜਦੋਂ ਜਾਂਦੇ ਆ, ਤੇਲ ਘਿਓ ਪਾਉਣਾ, ਫੈਟ ਨਾਲ ਖਾਣਾ, ਪਨੀਰ ਜਾਂ ਚੀਜ਼ ਜਾਂ ਆਂਡਾ ਖਾਣਾ ਬਹੁਤ ਜ਼ਰੂਰੀ ਆ। ਸੋ ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ। ਆਪਾਂ ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਤੁਸੀਂ ਆਪਣਾ ਰੱਖੋ ਖਿਆਲ, ਟੇਕ ਕੇਅਰ।